पॉजिटिव खबरां जी लगातार आ रही हैं। इसरो भारत की जिहड़ी स्पेस एजेंसी आ उत्थों दी चंद्रयान 3 ने हुण 5वीं वार अपनी ऑर्बिट जिहड़ी ओह बदल लई आ। हुण 1 अगस्त नूं चंद की तरफ निकलेगा, 23 अगस्त नूं जिहड़ा ओह सतह दे उत्ते उतरेगा लैंडर, जो कि पूरी दुनिया दे विच एक खुशी की लहर जिहड़ी ओह आ जाएगी, खास करके भारत वासियां दे लई। सो इसरो दे विज्ञानकां ने मंगलवार नूं चंद्रयान 3 की 5वीं ते आखरी अर्थ बाउंड ऑर्बिट रेंजिंग प्रोसैस सक्सैसफुली पूरी करती है। चंद्रयान हुण 127609 किलोमीटर गुणा 236 किलोमीटर की ऑर्बिट दे विच आ। इहदा मतलब कि चंद्रयान ऐसी अंडाकार कक्षा दे विच घूम रहा है जिहदी पृथ्वी तो सब तो घट दूरी 236 किलोमीटर ते सब तो ज़्यादा 127609 किलोमीटर आ। इस तो पहला 20 जुलाई नूं जिहड़ा ऑर्बिट 7531 किलोमीटर गुणा 233 किलोमीटर जिहड़ी ओह कीती गई सी। चंद्रयान 3 ਦੇ ਵਿੱਚ ਲੈਂਡਰ ਰੋਵਰ ਤੇ ਪ੍ਰੋਪਲਸ਼ਨ ਮੋਡਿਊਲ ਆ, ਮੈਂ ਲਗਾਤਾਰ ਦੱਸਿਆ ਸਮਝਾਏ ਵੀ ਹੋਇਆ, ਤੇ ਲੈਂਡਰ ਤੇ ਰੋਵਰ ਚੰਦ ਦੇ ਸਾਊਥ ਪੋਲ ਦੇ ਉੱਪਰ ਉਤਰਨਗੇ ਤੇ 14 ਦਿਨ ਤੱਕ ਜਿਹੜਾ ਉਹ ਪ੍ਰਯੋਗ ਕਰਨਗੇ। ਪ੍ਰੋਪਲਸ਼ਨ ਮੋਡਿਊਲ ਚੰਦਰਮਾ ਦੀ ਕਕਸ਼ਾ ਦੇ ਵਿੱਚ ਰਹਿ ਕੇ ਧਰਤੀ ਤੋਂ ਆਉਣ ਵਾਲੀਆਂ ਰੇਡੀਏਸ਼ਨਸ ਦਾ ਜਿਹੜਾ ਉਹ ਅਧਿਐਨ ਕਰੇਗਾ। ਇਸ ਮਿਸ਼ਨ ਦੇ ਜ਼ਰੀਏ ਇਸਰੋ ਪਤਾ ਲਗਾਏਗਾ ਕਿ ਚੰਦ ਦੀ ਸਤਹ ਦੇ ਉੱਪਰ ਭੂਕੰਪ ਜਿਹੜੇ ਉਹ ਆਉਂਦੇ ਆ, ਤੇ ਚੰਦਰਮਾ ਦੀ ਮਿੱਟੀ ਦਾ ਵੀ ਜਿਹੜਾ ਉਹ ਅਧਿਐਨ ਜਿਹੜਾ ਉਹ ਕਰੂੰਗਾ। ਸੋ ਬੜੀ ਚੰਗੀ ਗੱਲ ਆ ਜੀ, ਬਹੁਤ ਮਾਣ ਵਾਲੀ ਗੱਲ ਆ। ਅਤੇ ਇਹਦੇ 'ਚ 3 ਹਿੱਸੇ ਆ, ਪ੍ਰੋਪਲਸ਼ਨ ਮੋਡਿਊਲ, ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ। ਸੋ ਹੁਣ ਉਮੀਦ ਇਹੀ ਆ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਉਹ ਪੂਰਾ ਹੋਵੇ, ਅਤੇ ਜਿਹੜਾ ਭਾਰਤ ਇੱਕ ਵਾਰੀ ਫਿਰ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕਰੇ। ਅਤੇ ਬਾਕੀ ਤੁਸੀਂ ਚੈੱਕ ਕਰਦੇ ਰਹੋ, ਅਤੇ ਖਬਰਾਂ ਆਉਂਦੀਆਂ ਰਹਿੰਦੀਆਂ ਲਗਾਤਾਰ ਰਹਿੰਦੀਆਂ ਸਪੇਸ ਦੇ ਨਾਲ। ਮੈਂ ਬਹੁਤ ਪਾਉਂਦਾ ਰਹਿੰਦਾ ਹਾਂ, ਚੰਗਾ ਵੀ ਲੱਗਦਾ ਆ, ਅਤੇ ਮਤਲਬ ਕਿ ਜਾਣਕਾਰੀ ਵੀ ਵੱਧਦੀ।